ਸੁਨਸ ਦਾ ਕੱਪੜੇ ਦਾ ਵੀ ਟਾਈਮ ਨਾਲ ਹੀ ਨਿਬੇੜ ਲਿਆ ਮੈਨੇ ਧੋਤੇ ਵਿੱਚ ਸੁੱਕਨੇ ਪਾਦਾ ਸੁੱਕ ਜਾਣ ਫਿਰ ਚਲ ਤਾਂ ਧੁੱਪ ਵੀ ਵਧੀਆ ਨਿਕਲੀ ਹੋਈ ਆ ਕੱਪੜੇ ਜਲਦੀ ਸੁੱਕ ਜਾਣਗੇ ਪਾਲੀ ਹਾਂ ਜੀ ਆ ਕਿਵੇਂ ਕਮੀਜ਼ ਆ ਧੋਤਾ ਇਹ ਅਖਲੀ ਨੇ ਕੱਪੜੇ ਤੋਂ ਤੇਰੇ ਮਾਪੇ ਦਾ ਕੱਪੜੇ ਤੋਂ ਨਹੀਂ ਖੜੇ ਕੇ ਤੇ ਠੀਕ ਤਾਂ ਹੈਗਾ ਇਹਨੂੰ ਕੀ ਹੋ ਗਿਆ ਕਿੰਨੀ ਮੈਲ ਲੱਗੀ ਮੈਂ ਦੇਖਤਾ ਨਾ ਦਿੰਦੇ ਜਮਈ ਅਗਲੀ ਕੱਪੜੇ ਧੋਣ ਦੇ ਨੂੰ ਤੇ ਨਾ ਲਿਆ ਕਰਾ ਕੇ ਗਲ ਫਾਹਾ ਲੈ ਲਿਆ ਮੈਂ ਚਲ ਕੋਈ ਨਾ ਜੀ ਦੁਬਾਰਾ ਧੋ ਦੇਣੀ ਆ ਦੁਬਾਰਾ ਧੋਵੇ ਕਦੋਂ ਲੱਗੇ ਜਾ ਕਦੋਂ ਪੱਕ ਜਾਊਂਗਾ ਮੈਂ ਬਾਹਰ ਜਾਣਾ ਉਹ ਤਾਂ ਰਾਤ ਨੂੰ ਧੋਤੇ ਸੀ ਨਹੀਂ ਪਤਾ ਚੱਲਿਆ ਆ ਧੋਤਾ ਸੀਗਾ ਅੱਖਾਂ ਦੇ ਐਣਕ ਲਵਾ ਲਾ ਚਲ ਧੋ ਦੇਣੇ ਜਾ ਲਾ ਤੇ ਅਕਲ ਕਿਸੇ ਥਾਂ ਦੀ ਦੱਸ ਜਾਮਣ ਕਰਕੇ ਸਾਰੇ ਰੇਤ ਤੱਕ ਕੂੜਾ ਖਿੰਡ ਜਾਂਦਾ ਹੈਗਾ ਇਸ ਵਾਰ ਤਾਂ ਵਧੀਆ ਫਲ ਹੋਇਆ ਪਿਆ ਨਾ ਹੋਰ ਕਿਵੇਂ ਠੀਕ ਹੈਗੀ ਹਾਂ ਬਸ ਠੀਕ ਹੀ ਆ ਕੰਮ ਆਈ ਸੀ ਤੇਰੇ ਕੋਲੇ ਹਾਂ ਦੱਸ ਥੋੜਾ ਲਸਣੀ ਦੇ ਦੇ ਫੌਜੀ ਨਾ ਲਸਣ ਤੋਂ ਬਿਨਾਂ ਸਬਜ਼ੀ ਨਹੀਂ ਖਾਂਦਾ ਖਤਮ ਹੋਇਆ ਪਿਆ ਕਰੇ ਕੋਈ ਨਾ ਲਸਣ ਤਾਂ ਲੈ ਜਾ ਕੁੜੇ ਮੈਨੂੰ ਇੱਕ ਗੱਲ ਦੱਸ ਰਾਤ ਤੁਹਾਡੇ ਇੰਨੀ ਲੜਾਈ ਕਿਉਂ ਪਈ ਜਾਂਦੀ ਸੀ ਬਾਲੀ ਰੌਲਾ ਪੈਂਦਾ ਤੁਹਾਡੇ ਤਾਂ ਚਾਚੇ ਪੁੱਛਣਾ ਬਸ ਤੈਨੂੰ ਪਤਾ ਹੈਗਾ ਰਾਤ ਨੂੰ ਸ਼ਰਾਬ ਪੀ ਲੈਂਦਾ ਉੱਤੇ ਦੀ ਪਤਾ ਨਹੀਂ ਕੀ ਆਦਤ ਉਹਨਾਂ ਨੂੰ ਮੇਰੇ ਦਾ ਕੋਈ ਕੰਮ ਪਸੰਦ ਹੀ ਨਹੀਂ ਆਉਂਦਾ ਕਦੇ ਇਹ 'ਚ ਨਾ ਕੁਛ ਕਰਦੇ ਤਾਂ ਕਦੇ ਕੱਪੜਿਆਂ 'ਚ ਕਦੇ ਰੋਟੀ ਸਬਜ਼ੀ 'ਚ ਬਸ ਆਦਤੀ ਬਣੀ ਪਈ ਹੈ ਬਸ ਮੇਰੇ ਨਾਲ ਲੜਾਈ ਕਰ ਪਰ ਤੂੰ ਚੱਜ ਨਾਲ ਕਰਦਿਆ ਕਰ ਕੀ ਪਤਾ ਕਰਦੀ ਹੈ ਕਿ ਨਾ ਕਰਦੀ ਹੈ ਹੋਰ ਇੰਨੇ ਸਾਲਾਂ ਦੇ ਮੈਂ ਉਹਦੇ ਪੇਕੇ ਵੀ ਕਰਦੀ ਆ ਰਹੀ ਆ ਤੇ ਉਰੇ ਵੀ ਕਰ ਰਹੀ ਆ ਬਸ ਹੁਣ ਤਾਂ ਆਦਤ ਹੈ ਹੁਣ ਮੈਂ ਕੀ ਕਰਾਂ ਮਜਬੂਰ ਨੇ ਆਦਤ ਮਜਬੂਰੀ ਹੁਣ ਤਾਂ ਜ਼ਿੰਦਗੀ ਹੈ ਤੈਨੂੰ ਕੱਟਣੀ ਪਊਗੀ ਜਿਹੋ ਜਿਹਾ ਮਿਲ ਗਿਆ ਹੁਣ ਤਾਂ ਤਾਂ ਚੁੱਪ ਕਰੇ ਕੱਟੀ ਜਾਂਦੇ ਆ ਤੈਨੂੰ ਪਤਾ ਹੀ ਆ ਚਾਚੀ ਸਵੇਰੇ ਦੀ ਸਵੇਰੇ ਸ਼ਾਮ ਦੀ ਸ਼ਾਮ ਮੈਂ ਤਾਂ ਕਿਵੇਂ ਤਾਂ ਤੰਗ ਆਈ ਹੁੰਦੀ ਆ ਵੀ ਕਿਤੇ ਭੱਗ ਜਾ ਪਰ ਕੀ ਕਰਾਂ ਫਿਰ ਬਦਨਾਮੀ ਤੋਂ ਡਰਦੀ ਆ ਚਲ ਹੁਣ ਜ਼ਿੰਦਗੀ ਆ ਭੈਣੇ ਕੱਟ ਲਾ ਤੇ ਤੇਰੀ ਸੱਸ ਕਿਵੇਂ ਆ ਬਸ ਉਹ ਵੀ ਗਈ ਹੋਈ ਆ ਉੱਧਰ ਅੱਧੇ ਪੇਕੇ ਗਈ ਹੋਈ ਆ ਚਲ ਆ ਜੂ ਮੈਂ ਮੰਗਾਉਣੀ ਆ ਲਸਣ ਹੋਰ ਸੁਣਾ ਹੁਣ ਕੀ ਸੁਣਾ ਬਸ ਮੈਂ ਤਾਂ ਸਾਰੇ ਨਾ ਹੀ ਨੰਗੇ ਹੁੰਦਾ ਸਵੇਰੇ ਨਾ ਸਵੇਰ ਦੀ ਲੱਗੇ ਇਹਨੇ ਕੰਮ ਸਵੇਰੇ ਪਹਿਲਾਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਫਿਰ ਵੀ ਬਸ ਬੋਲਣ ਦੀ ਆਦਤ ਆ ਤੂੰ ਤਾਂ ਗੇੜਾ ਵੀ ਨਹੀਂ ਮਾਰਦੀ ਹੈਗੀ ਆ ਜਾ ਕਰ ਕੋਈ ਗੇੜਾ ਮਾਰ ਜਾ ਕਰ ਦੁੱਖ ਹੌਲਾ ਹੋ ਜਾਂਦਾ ਹੈਗਾ ਜੇ ਆ ਵੀ ਜਾਂਦੇ ਫਿਰ ਪਿੱਛੋਂ ਬੋਲਣ ਲੱਗ ਜਾਂਦੇ ਨੇ ਅੱਜ ਵੀ ਬਸ ਮੈਨੂੰ ਲਸਣ ਕਰਕੇ ਆਉਣਾ ਪੈ ਗਿਆ ਵੀ ਫਿਰ ਨਹੀਂ ਫਿਰ ਸ਼ਾਮ ਨੂੰ ਕਲੇਸ਼ ਪਾਊਗਾ ਚਾਚੇ ਇੰਨੀਆਂ ਗੱਲਾਂ ਨਾ ਮਾਰ ਮੈਨੂੰ ਲਸਣ ਦੇ ਦੇ ਉਹਨੇ ਫੇਰ ਗਾਲਾਂ ਕੱਢਣੀਆਂ ਜੇ ਆ ਗਿਆ ਪਿੱਛੋਂ ਕਹੂਗਾ ਪਤਾ ਨਹੀਂ ਕਿੱਥੇ ਉੱਜੜੀ ਆ ਨਹੀਂ ਇਹ ਤਾਂ ਫਿਰ ਉਹ ਚ ਗਲਤ ਗੱਲਾਂ ਨੇਗੀਆਂ ਜੇ ਦੋ ਮਿੰਟ ਕਿਸੇ ਕੋਲੇ ਬਹਿ ਜਾਂਦੀਆਂ ਬਹਿਣ ਕਿਉਂ ਨਹੀਂ ਦਿੰਦਾ ਹੈਗਾ ਇਹ ਤਾਂ ਬਾਲਾ ਅੜਬ ਹੈ ਭੈਣੇ ਚਲੋ ਆ ਗਿਆ ਵਿੱਕੀ ਵਿੱਕੀ ਐ ਕਰ ਆ ਤੇਰੀ ਭਾਬੀ ਇਹ ਅੰਦਰੋਂ ਨਹੀਂ ਲਸਣ ਲਿਆ ਦੇ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਲਿਆ ਦੇਣਾ ਬੇਬੇ ਤੇ ਮੈਂ ਤਾਂ ਨਾ ਬਾਹਰ ਹੀ ਨਿਕਲ ਦੂਗਾ ਕੁਗਾ ਕੋਈ ਦੇਖ ਲੂਗਾ ਤੈਨੂੰ ਜਾਂ ਫਿਰ ਕੁਛ ਮੈਂ ਤਾਂ ਹਰ ਇੱਕ ਨਾਲ ਜੋੜ ਕੇ ਬਹਿ ਜਾਂਦਾ ਦੱਸ ਮੈਂ ਕੀ ਕਰਾਂ ਐ ਕਿਵੇਂ ਦੇਖ ਲੂਗਾ ਹੁਣ ਬੰਦਾ ਬਾਹਰ ਵੀ ਨਾ ਨਿਕਲੇ ਕੱਲ ਦੁੱਖ ਸੁੱਖ ਹੈ ਬੰਦੇ ਨੂੰ ਬਾਹਰ ਆਉਣਾ ਹੀ ਪੈਂਦਾ ਹੈ ਕਿਤੇ ਨਹੀਂ ਬਾਹਰ ਬਾਜ਼ਾਰ ਵੀ ਨਹੀਂ ਲੈ ਕੇ ਜਾਂਦਾ ਕਹੂਗਾ ਹਾਂ ਤੈਨੂੰ ਤਾਂ ਦੇਖਦੇ ਨੇ ਦੇਖਦੇ ਨੇ ਨਾਲੇ ਹੋਰ ਲਿਆ ਦਿੰਦਾ ਬਸ ਬਹੁਤ ਹੈ रोज ही कलेस रहा रोज ही लड़ पैंदा ਉਹ ਤਾਂ ਤੈਨੂੰ ਸੁਣਾਉਂਦਾ ਯਾਰ ਰਾਤ ਨੂੰ ਸਵੇਰ ਨੂੰ ਕਿਵੇਂ ਲੜਦੇ ਰਹਿੰਦੇ ਨੇ ਇਹ ਕਹਿੰਦੀ ਰਾਤ ਨੂੰ ਸ਼ਰਾਬ ਪੀ ਕੇ ਆ ਜਾਂਦਾ ਦਿਨੇ ਕਹਿੰਦੀ ਉਹੀ ਕੰਮਾਂ ਪਿੱਛੇ ਲੜ ਪੈਂਦਾਗਾ ਮਾਰਦਾ ਵੀ ਹੋਊਗਾ ਭਾਬੀ ਨੂੰ ਉਹਦਾ ਹੈ ਕੀ ਪਤਾ ਮਾਰਦਾ ਹੀ ਹੋਵੇ ਜਨਾਨੀ ਕਿਹੜਾ ਦੱਸਦੀ ਹੁੰਦੀ ਹੈ ਮੈਨੂੰ ਮਾਰਦਾ ਦਿਲ ਦੀ ਗੱਲ ਕਾਹਨੂੰ ਦੱਸਦਾ ਹੁੰਦਾ ਚੱਲ ਬੀਬੀ ਅਸੀਂ ਕੀ ਲੈਣਾ ਆਪਾਂ ਕੀ ਲੈਣਾ ਦੀ ਗੱਲ ਹੈ ਸਹੀ ਗੱਲ ਅਗਲਾ ਹੋਊਗਾ ਪਤਾ ਨਹੀਂ ਆਪ ਹੀ ਲੜਾਈ ਜਾਂਦੇ ਨੇ ਗਵਾਂਢੀ ਹਾਂ ਪਤਾ ਨਹੀਂ ਕਿੱਥੇ ਗਈ ਹੈ ਚੌੜ ਚਵੜ ਛੱਡ ਕੇ ਪੌਣਾ ਘੰਟਾ ਹੋ ਗਿਆ ਮੈਨੂੰ ਬੈਠੇ ਨੂੰ ਇੱਥੇ ਕੁੱਤੇ ਭੌਂਕਦੀ ਫਿਰਦੀ ਆ ਸਾਰਾ ਦਿਨ ਇਹ ਪਤਾ ਨਹੀਂ ਹੈਗਾ ਬੇਬੇ ਘਰੇ ਨਹੀਂ ਹੈਗੀ ਘਰ ਖਦੇ ਘਰ ਸੁਣਨਾ ਛੱਡ ਕੇ ਬਾਕੀ ਕੋਈ ਨਹੀਂ ਅੱਜ ਆਉਣ ਦੀ ਇਹਦੀ ਮੈਂ ਬਣਾਉਣਾ ਰੇਟ ਦੱਸ ਤਾਂ ਇਹਨੂੰ ਘਰੇ ਕਿੱਦਾਂ ਚਾਹੀਦਾ ਹੁੰਦਾ ਫੌਜੀ ਆ ਵੀ ਨਾ ਗਿਆ ਹੋਵੇ ਗਾਲਾ ਹੋਵੇ ਪਤਾ ਨਹੀਂ ਕਿੱਥੇ ਗਲੀ ਹੋਈ ਸੀ ਚਲ ਜੀ ਪਾਚਾ ਕਰ ਲਈ ਆ ਗਈ ਤੂੰ ਕਿੱਥੇ ਗਈ ਸੀ ਗੇਟ ਚੌੜ ਚਵਟ ਕਰਕੇ ਕਿੱਥੇ ਗਈ ਸੀ ਤੈਨੂੰ ਅਕਲ ਹੀ ਹੈਗੀ ਜੇ ਅੱਜ ਤੋਂ ਬਾਅਦ ਮੈਥੋਂ ਬਿਨਾ ਪੁੱਛੇ ਕਿਤੇ ਗਈਆਂ ਕਿਸੇ ਨਾਲ ਗੱਲ ਕਰੀ ਆ ਮੈਥੋਂ ਬੁਰਾ ਨਹੀਂ ਕੋਈ ਸਮਝ ਗਈ ਰੋਟੀ ਬਣਾ ਉੱਠ ਕੇ ਬਾਕੀ ਟੁਕੜਾ ਦੱਸ ਮੈਂ ਤਾਂ
ਪਾਪੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਪਾਪੀ ਕਿਵੇਂ ਹੋ, ਠੀਕ ਹੋ? ਹਾਂ ਬਸ ਠੀਕ ਹੀ ਆ। ਹੋਰ ਵੀਰਾ ਠੀਕ ਠਾਕ ਹੈ ਪਾਪੀ? ਹਾਂ ਠੀਕ ਨੇ ਉਹ ਵੀ। ਹੁਣ ਘਰੇ ਲੜਾਈ ਲੜੂਈ ਤਾਂ ਨਹੀਂ ਹੁੰਦੀ? ਦੱਸ ਤੈਨੂੰ ਕਿਹੜਾ ਪਤਾ ਨਹੀਂ ਹੈਗਾ, ਪਤਾ ਤਾਂ ਹੈਗਾ, ਸਾਰੇ ਦਿਨ ਤਾਂ ਬੋਲਦਾ ਰਹਿੰਦਾ ਉਹ। ਚੱਲ ਭਾਬੀ, ਘਰੇ ਤਾਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਉਹ ਤਾਂ ਆਪ ਹੀ ਨਿਪਟਣਾ ਪੈਂਦਾ ਸਭ ਕੰਮ ਨੂੰ, ਹੈਨਾ? ਥੋੜੇ ਮਰੋਜ਼ ਹੋਵੇ ਨਾ, ਹੁੰਦੀਆਂ ਨਾ, ਥੋੜੀ ਮੋਟੀ ਹੋਵੇ ਤਾਂ ਗੱਲ ਹੋਰ ਹੈ। ਚੱਲ ਚੰਗਾ, ਤੂੰ ਚਲਾ ਜਾ, ਜੇ ਉਹਨਾਂ ਨੇ ਦੇਖ ਲੈਣਾ ਕਿਤੇ ਲੱਗ ਜਾਣਾ। ਵੀਰੇ ਦਾ ਤੇ ਸੁਭਾਅ ਹੀ ਆਂਦਾ ਭਾਬੀ, ਤੈਨੂੰ ਪਤਾ ਤਾਂ ਹੈਗਾ, ਕਿਤੇ ਬੈਠਣ ਦਿੰਦਾ, ਖੜਨ ਨਹੀਂ ਦਿੰਦਾ। ਉਦਾਂ ਨੇ ਤੇਰੀ ਬੇਬੀ ਕੋਲ ਜਾ ਕੇ ਆਈ ਆ, ਲਸਣ ਲੈ ਕੇ ਆਈ ਆ, ਇੰਨਾ ਕਲੇਸ਼ ਪਾਇਆ, ਕਹਿੰਦਾ ਹਾਂ ਹਾਂ ਕਿੱਥੇ ਨਿਕਲੀ ਸੀ, ਦੱਸ ਮੈਨੂੰ, ਗਲਤ ਬੋਲਦਾ। ਚੱਲ ਭਾਬੀ ਕੋਈ ਨਾ, ਹੁਣ ਕਿਸੇ ਨਾਲ ਗੱਲ ਨੀ ਕਰਨੀ ਹੈਗੀ, ਤੈਨੂੰ ਮੈਂ ਦੱਸਾਂ, ਅੱਜ ਦੱਸੂ ਤੇ ਕਰੂ ਤਸੱਲੀ। ਇਹ ਤਾਂ ਲੜੀ ਜਾਂਦੇ ਨੇ ਬੇਬੀ ਨੂੰ, ਤਾਂ ਕਹਿਣਾ ਐਂ ਤਾਂ ਮੰਨਣਾ ਨਹੀਂ ਮੇਰੇ ਘਰ। ਅੱਜ ਤੇਰੀ ਮੈਂ ਤਸੱਲੀ ਕਰਾਉਣਾ, ਤੈਨੂੰ ਦੱਸੂਗਾ ਮੈਂ ਕਿਵੇਂ ਹੁੰਦੀ ਆ, ਕੀ ਭਾਵ ਵੇਖਦੀ ਆ। ਨਾ ਹਟ, ਇਹ ਕਿੱਥੇ ਗਈ ਸੀਗੀ, ਅੱਜ ਮੈਂ ਦੱਸੂਗਾ ਕੀ ਭਾਵ ਵੇਖਦੀ ਆ। ਤੂੰ ਨਾ ਅੱਜ ਤੋਂ ਬਾਅਦ ਗੱਲ ਕਰੀ ਆ, ਉਹਦੇ ਕਦੇ ਦੇਖਿਆ ਤੂੰ ਮੈਥੋਂ? ਕੋਈ ਨੀ ਹੈਗਾ, ਸਮਝੀ ਨਾ, ਜੇ ਅੱਜ ਤੋਂ ਬਾਅਦ ਮੈਂ ਗੱਲ ਕਰੀ ਨਾ, ਉਹਨੇ ਦੇਖਿਆ ਵੀ ਆ, ਮੈਥੋਂ ਬੁਰਾ ਨੀ ਕੋਈ, ਸਮਝੀ ਨਾ। ਨਾ ਕੀ ਹੋ ਗਿਆ ਇਹਦਾ ਰੌਲਾ ਮਾਰ ਕੇ, ਉਹ ਬੱਚੇ ਨਾ ਬੋਲ ਦੇ, ਕਿਉਂ ਨਾ ਵਿੱਚ ਬੋਲ, ਇਹ ਮੈਂ ਨਾ ਕਰਨਾ ਹੈ, ਉਹਦਾ ਗੱਲਾਂ ਕਰਦੀ ਹੈ, ਲੈ ਜੀ ਬੁਲਾ ਲਿਆ ਨਾ, ਫੇਰ ਕੀ ਹੋ ਗਿਆ, ਕੌਣ ਕਹੂਗੀ ਬਾਈ ਸਾਸੀ, ਬੋਲ ਨਾ ਬੋਲ ਬੇਬੇ, ਘਰ ਆਪ ਗੱਲ ਹੈ, ਇਹ ਤਾਂ ਗੱਲ ਹੀ ਨਹੀਂ ਕਰਦਾ, ਲੈ ਉਹਨੂੰ ਕੁੱਟ ਕੇ ਫਿਰ ਤੈਨੂੰ ਕੁਝ ਮਿਲ ਜੂਗਾ, ਜੀ ਮੇਰੇ ਘਰ ਦੀ ਗੱਲ ਤੇ ਵਿੱਚ ਨਾ, ਵਿੱਚ ਕਿਉਂ ਨਾ ਉਹ ਜਿਹੜੇ ਬੁਲਾ ਲਿਆ, ਫੇਰ ਕੀ ਹੋ ਗਿਆ, ਕਿਉਂ ਬੁਲਾ ਲਿਆ, ਸਾਸੀ ਖਾਲੀ ਬੁਲਾ ਲਿਆ, ਬੋਲ ਇਹ ਤਾਂ ਮੈਨੂੰ ਬੁਲਾ ਕੇ ਲੈ ਆਇਆ ਕਿ ਉਹਨੂੰ ਕੁੱਟ ਰਹੇ ਆ ਮੇਰੇ ਬੁਲਾਉਣ ਨਾਲ, ਮੈਨੂੰ ਗਲਤ ਗਿਆ ਨੂੰ ਪੁੱਛ, ਉਹ ਵਿੱਚ ਨਾ ਬੋਲ, ਤੈਨੂੰ ਇਹ ਬੁਲਾਉਣਾ ਮੈਂ ਤੇ ਵੀਰੇ, ਉਹਦੇ ਕੀ ਗੱਲ ਕਰਦੇ ਤੂੰ, ਰੋਲ ਦਾ ਕਲੇਸ਼ ਮੇਰੇ ਘਰ ਤੇ, ਤੁਸੀਂ ਜਾ ਕੇ ਕਲੇਸ਼ ਕਰਦੇ ਹੋ, ਜੇ ਉਹ ਯਾਸ ਮੰਗਣਾ ਕਿ ਤੂੰ ਤਾਂ ਵਿੱਚ ਲੜ ਪਿਆ ਉਹਦੇ ਨਾਲ, ਉਹ ਕਹਿੰਦੀ ਮੈਨੂੰ ਇੰਨਾ ਕੁੱਟ ਦੋ, ਮੈਂ ਤਾਂ ਨਹੀਂ ਘਰੇ ਜਾ ਕੇ ਦੱਸਿਆਗਾ, ਉਹ ਤੁਸੀਂ ਉਹਨੂੰ ਨਾ ਉਂਗਲਾ ਲਾਇਆ ਕਰੋ, ਸੱਤੇ ਚੜ ਗਈ ਮੇਰੇ, ਉਹ ਅਸੀਂ ਨੂੰ ਉਂਗਲਾ ਕੀ ਲਈਆਂ ਨੇ, ਸਤੇ ਇਹਨੂੰ ਸਮਝਾ ਰਿਹਾ ਵੀ ਚੱਲ ਨਾ ਬੋਲਿਆ ਕਰ, ਜਿਵੇਂ ਤੂੰ ਇਹਨੂੰ ਮਾਰਦਾ ਕੱਲ ਨੂੰ ਤੇਰੀ ਕੁੜੀ ਹੋਊਗੀ ਨਾ, ਉਹਨੂੰ ਵੀ ਕੋਈ ਮਾਰੂ, ਕੌਣ ਜਦੋਂ ਮਾਰਦਾ ਤੇ ਤਾਂ ਪਤਾ ਲੱਗੂਗਾ, ਇਹ ਵੀ ਕਿਸੇ ਦੀ ਧੀ ਹੈ, ਚੱਲ ਬੇਬੇ ਨਾ, ਉਹ ਬਣ ਗਿਆ ਪਾਈ ਅੱਖਾਂ, ਕੋਈ ਨਹੀਂ ਸੁਣ, ਰੱਬ ਦੀ ਲਾਟ ਦੇ ਵਿੱਚ ਨਾ ਆਵਾਜ਼ ਨਹੀਂ ਹੁੰਦੀ, ਚਲੋ ਤੇਰੇ ਕੋਲ ਵੱਡਾ ਸਿਆਣਾ ਤੂੰ, ਚੱਲ ਤੂੰ ਚੱਲ ਆ ਜਾ ਬੇਬੇ, ਇਹ ਕਿਹੜਾ ਮੰਨਦਾ, ਇਹਨੇ ਨਹੀਂ ਮੰਨਣਾ ਹੈਗਾ, ਜੇ ਅੱਜ ਤੋਂ ਬਾਅਦ ਕਿਸੇ ਉਹਦੇ ਨਾਲ ਗੱਲ ਕਰੀ ਆ ਜਾਂ ਮੁਹੱਲੇ ਦੇ ਵਿੱਚ ਖੜੀ ਆ ਕਿਸੇ ਕੋਲ, ਮੈਥੋਂ ਬੁਰਾ ਨਹੀਂ ਕੋਈ, ਜਾਨੋ ਮਾਰ ਦੋ ਜਾਨੋ। ਬਾਹਰ ਕਿਸਮਤ ਤਾਂ ਕੀ ਲਿਖਿਆ, ਬਸ ਚਲੋ ਦੇ ਚਿੱਤਰੇ ਕਰਦੇ ਰਹੇ ਤਾਂ ਮੈਂ ਕਦੇ ਕੁਛ ਨਹੀਂ ਮੰਗਿਆ, ਕੁਛ ਨਹੀਂ ਕਰਿਆ, ਪਰ ਮੇਰੇ ਨਾਲ ਹੀ ਐਵੇਂ ਕਾ ਤੋ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਤੁਹਾਨੂੰ ਅੱਜ ਦੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ, ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ, ਅਤੇ ਸਾਨੂੰ ਵਧੀਆ ਵਧੀਆ ਕਮੈਂਟ ਕਰਨ ਵਾਲੇ ਨਾਮ ਨੇ ਜੀ, ਅਮਨ ਸਰਵਾਰਾ, ਮਨਪ੍ਰੀਤ ਸਿੰਘ, ਮਨਦੀਪ ਕੌਰ, ਕੁਲਦੀਪ ਭੰਗੂ, ਗਗਨ ਕੌਰ ਸਰਾਂ, ਪ੍ਰਿਅੰਕਾ ਸ਼ਰਮਾ, ਇਮਰਾਨ ਕਰੇਜ਼ੀ, ਅਲੀਸ਼ਾ ਮੋਗਾ, ਸੁਲਤਾਨਾ, ਜੈ ਕੁਮਾਰ, ਸ਼ਾਹਿਦਾ ਪ੍ਰਵੀਨ, ਕੇ ਡੀ ਮਾਲਾ, ਜਸਕਰਨ ਸਿੰਘ ਸੀਬੀਆ, ਰਿਹਾ ਆਰ ਕੇ, ਹਰਮਨਪ੍ਰੀਤ ਕੌਰ, ਕੋਮਲ ਮਾਨ, ਜਸਵੀਰ ਕੌਰ ਬੀ ਪੋਜ਼ੀਟਿਵ, ਅਣੂਵੀਰ ਕੌਰ ਖਾਲਸਾ, ਜਸਵੀਰ ਕੌਰ ਬੀ ਪੋਜ਼ੀਟਿਵ, ਹਰਪ੍ਰੀਤ ਸਿੰਘ, ਸੁਰਿੰਦਰ ਕੌਰ, ਸਿਮਰਨਜੀਤ ਕੌਰ, ਅਰਸ਼ ਗਿੱਲ, ਬਿੰਦਰੀ ਭੱਟੀਆ ਜੋਤ, ਗਗਨਦੀਪ ਕੌਰ, ਨਿਹਾਚਲ ਕੌਰ, ਗੁਰਤੇਜ ਸਿੰਘ, ਜਸਪ੍ਰੀਤ ਕਪੂਰ, ਨਿਰਮਲਾ ਰਾਣੀ, ਨਵੀ ਗਰਿਆਲ, ਸੀਮਾ ਕੌਰ, ਸਿੱਧੂ ਸਾਹਿਬ, ਸਿੱਧੂ ਕੁਲਵਿੰਦਰ ਸਿੰਘ, ਅਰਸ਼ ਹੇਟਵਾਲ, ਜਸਵਿੰਦਰ ਕੌਰ, ਬਲੋਕਸ ਆਫ ਜੀ ਐੱਸ, ਜੋਵਨ ਸ਼ਰਮਾ, ਜਸਵਿੰਦਰ ਕੌਰ, ਗੁਰਲੀਨ ਕੌਰ ਭੁੱਲਰ, ਜੋਤੀ ਬੱਲ, ਰਮਨ ਗਰਿਆਲ, ਰਾਜਵੀਰ ਕੌਰ, ਸਪੋਰਟਸ ਟੀਵੀ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ, ਮਹਿਕਪ੍ਰੀਤ ਕੌਰ ਘੁਮਾਣ, ਥੈਂਕ ਯੂ ਸੋ ਮੱਚ ਜੀ ਜਿਹੜੇ ਸਾਨੂੰ ਇੰਨੇ ਇੰਨੇ ਵਧੀਆ ਕਮੈਂਟ ਕਰਦੇ ਨੇ। ਇਵੇਂ ਹੀ ਸਾਡੀ ਵੀਡੀਓ ਲਾਈਕ, ਕਮੈਂਟ, ਸ਼ੇਅਰ ਕਰਦੇ ਰਹੋ ਔਰ ਇਵੇਂ ਹੀ ਪਿਆਰ ਦਿੰਦੇ ਰਹੋ। ਜਿਹਨਾਂ ਦੇ ਇਸ ਵੀਡੀਓ ਦੇ ਵਿੱਚ ਨਾਮ ਨਹੀਂ ਆਏ, ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਲਵਾਂਗੇ। ਔਰ ਹਾਂ, ਸਾਡੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ, ਇਹ ਕਰਨਾ, ਥੈਂਕ ਯੂ ਸੋ ਮੱਚ। ਆ ਜਾ ਦਿਮਾਗ ਖਰਾਬ ਕਰਾਏ ਨੇ। ਆ ਗਈ, ਕਿੱਥੇ ਗਈ ਸੀਗੀ, ਚੌੜ ਚੌੜ ਗੇਟ ਛੱਡ ਕੇ ਬਾਕੀ ਹੋਏ ਲਓ ਸਰ ਲੈਣ ਬਾਕੀ, ਮੇਥੇ ਤੋਂ ਮੈਂ ਘਰੇ ਆਉਣਾ ਲਓ, ਤੂੰ ਉਦੀ ਜਾਣਾ ਹੁੰਦਾ ਕਿਤੇ ਕਿਤੇ, ਕੀ ਸਬਜ਼ੀ ਦੀ ਤੈਨੂੰ ਪਤਾ ਨੀ ਮੈਂ ਘਰੇ ਆਉਣਾ, ਕਿੱਥੇ ਗਈ ਕੁੱਤੇ ਭੌਂਕੜ, ਲੱਗੀ ਚਾਚੀ ਜੀ ਉੱਥੇ ਜਾ ਕੇ ਚੂਲੀਆਂ ਕਰਨਾ ਲੋਕਾਂ ਦੀਆਂ।
जे मेनू अस तो बाद किसे जांदे देगी किसे ना गल करदे देगी मेरे तो बुरा नहीं कोई अगे तो नहीं जांदी अगे तो नहीं जांदी रोटी बना जांदी।